ਐਮਐਲਏ ਸੁਖਨਾਂ ਸਿੰਘ ਸਾਡੇ ਨਾਲ ਮੌਜੂਦ ਨੇ ਸੁਖਨਾਂ ਸਿੰਘ ਸਭ ਤੋਂ ਪਹਿਲੇ ਤਾਂ ਐਸੇ ਇਲਾਕੇ ਵਿੱਚ ਸ਼ੁਰੂਆਤੀ ਰੈਲੀ ਹੋਣ ਜਾ ਰਹੀ ਹੈ ਕੀ ਲੱਗਦਾ ਇਸ ਰੈਲਨ ਇਫੈਕਟ ਕਿੰਨਾ ਪੈਣ ਵਾਲਾ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮੀਡੀਆ ਦਾ ਜਿਨ੍ਹਾਂ ਦੇ ਸਦਕਾ ਜਿਹੜੇ ਸਾਡੇ ਕਾਮਣੇ ਆਮ ਆਦਮੀ ਪਾਰਟੀ ਦੇ ਉਹ ਲੋਕਾਂ ਚ ਜਾਂਦੇ ਨੇ ਦੂਜੀ ਵੱਡੀ ਗੱਲ ਅਸੀਂ ਸਾਡਾ ਜ਼ਿਲ੍ਹਾ ਲਾਲੋ ਜਾਂ ਸਾਡੀ ਲੋਕ ਸਭਾ ਲਾਲੋ ਜਾਂ ਸਪੈਸ਼ਲ ਤੌਰ ਤੇ ਬਾਗਾਪੁਰਾਣਾ ਲਾਲੋ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਆਪਣਾ ਚੋਣ ਮਹਮ ਦਾ ਆਗਾਜ਼ ਕਰਦੀ ਆ ਚਾਹੇ ਉਹ 17 ਹੋਵੇ ਚਾਹੇ ਉਹ 22 ਹੋਵੇ ਚਾਹੇ ਉਹ 24 ਹੋਵੇ ਤਾਂ ਉਹ ਜਿਹੜਾ ਸੇਰਾ ਬਾਗੇਪੁਰਾਣੇ ਦੇ ਸਿਰ ਤੇ ਵੱਜਦਾ ਤਾਂ ਉਸੇ ਤਰ੍ਹਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਲੋਕ ਸਭਾ ਚੋਣਾਂ ਵਾਸਤੇ ਜਿਹੜੀਆਂ ਇਹ ਦਿੱਲੀ ਇੱਕ ਰੈਲੀ ਤੇ ਇੱਕ ਰੂਟ ਸ਼ੋ ਤਾਂ ਜਿਹੜਾ ਇਹਦਾ ਪ੍ਰੋਗਰਾਮ ਉਲੀਕਿਆ ਹੈ ਜਿਹੜਾ ਕਿ ਆਉਣ ਵਾਲੇ 1 ਮਹੀਨਾ ਸਾਰੇ ਪੰਜਾਬ ਦੇ ਵਿੱਚ ਚੱਲਣਾ ਤਾਂ ਉਹਦੇ ਵਿੱਚ ਵੀ ਮਾਲਵੇ ਦੇ ਵਿੱਚ ਸਾਡਾ ਪਹਿਲੇ ਨੰਬਰ ਤੇ ਆਇਆ ਬਾਗੇਪੁਰਾਣੇ ਨਾਲ ਤੇ ਅਸੀਂ ਹਮੇਸ਼ਾ ਹੀ ਸਾਡਾ ਜਿਹੜਾ ਜ਼ਿਲ੍ਹਾ ਲਾਲੋ ਏਰੀਆ ਸਾਰਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਤੇ ਸਾਨੂੰ ਕੱਲਾ ਪਿਆਰ ਅਸੀਂ ਗੱਲੀਮਾਤੀ ਨਹੀਂ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਸਗਤਾਂ ਵੀ ਬਹੁਤ ਦਿੱਤੀਆਂ ਨੇ ਤੁਸੀਂ ਇੱਥੋਂ ਲੰਘ ਜਾਓ ਤੁਹਾਨੂੰ ਟੋਲ ਪੁਲਾਜਾ ਬੰਦ ਮਿਲੂਗਾ ਥੋੜਾ ਜਿਹਾ ਅੱਗੇ ਜਾਵੜੋ ਤੁਹਾਨੂੰ ਸਿੰਘਾਂ ਵਾਲੇ ਇੱਕ ਮੈਡੀਕਲ ਹਸਪੀਟਲ ਮਿਲੂਗਾ ਆਹੀ ਗੱਲ ਪੁੱਛਣ ਲੱਗਾ ਸੀ ਮੈਂ ਵੀ ਕਿਹੜੀ ਗੱਲ ਜਿਹੜੀ ਹੈ ਕਿ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ ਇਹ ਵੀ ਤੁਹਾਡੇ ਬੋਲੇ ਅਟਰੈਕਟ ਹੋਣਗੇ ਜੋ ਕੰਮ ਤੁਸੀਂ ਕੀਤਾ ਹੈ ਮੈਂ ਜੇ ਤੁਹਾਨੂੰ ਕੰਮ ਦਿਵਾਉਣ ਲੱਗ ਜਾ ਮੈਂ ਜਦੋਂ ਪਿੰਡਾਂ 'ਚ ਜਾਂਦੇ ਆ ਅਸੀਂ ਲੈਕਚਰ ਦਿੰਨੇ ਆ ਤਾਂ ਜਿਹੜੇ ਪਿੰਡ ਮੈਂ ਜਾਣਾ ਭੁੱਲ ਕੇ ਤਾਂ ਪਿੱਛੋਂ ਲੋਕ ਮੈਨੂੰ ਲਿਸਟ ਭੇਜ ਦਿੰਦੇ ਆ ਯਾਰ ਅਮਰਪਾਲ ਤੂੰ ਆ ਗੱਲਾਂ ਕਹਿਣੀਆਂ ਭੁੱਲ ਗਿਆ ਚਾਹੇ ਉਹ 45000 ਨੌਕਰੀਆਂ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਵਿੱਚ 12 ਟੋਲਪਲਾਜੇ ਬੰਦ ਕਰਾਉਣ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਵਿੱਚ ਹਜ਼ਾਰਾਂ ਆਮ ਆਦਮੀ ਕਲੀਨਿਕਾਂ ਦੀ ਗੱਲ ਹੋਵੇ ਚਾਹੇ ਸਰਕਾਰੀ ਸਕੂਲਾਂ ਦੇ ਵਿੱਚ ਖਰਚਾ ਕਰਨ ਦੀ ਗੱਲ ਹੋਵੇ ਚਾਹੇ ਸਾਡੇ ਇਲਾਕੇ ਦੇ ਵਿੱਚ ਮੈਡੀਕਲ ਹਸਪੀਟਲ ਆਉਣ ਦੀ ਗੱਲ ਹੋਵੇ ਹੋਰ ਬਹੁਤ ਚਾਹੇ ਉਹ ਆਰਮੀ ਪਰਿਵਾਰ ਜਿਹੜਾ ਫੌਜੀ ਸ਼ਹੀਦ ਹੁੰਦਾ ਸਾਡੇ ਜ਼ਿਲ੍ਹੇ ਦੇ ਵਿੱਚ ਫੌਜੀ ਸ਼ਹੀਦ ਹੋ ਇਹਨਾਂ ਨੂੰ ਕਰੋੜ ਰੁਪਏ ਦੀ ਗੱਲ ਹੋਵੇ ਨਹਿਰੀ ਪਾਣੀ ਪੰਜਾਬ ਦੇ 117 ਇਲਾਕਿਆਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੇ 2-3 ਹਲਕਿਆਂ ਨੂੰ ਫੰਡ ਆਇਆ ਤਾਂ ਉਹ ਸਾਡੇ ਬਾਗੇਪੁਰਾਣੇ ਨੂੰ ਆਇਆ ਸਾਡੇ ਪੂਰੇ ਬਾਗੇਪੁਰਾਣੇ ਦੇ ਵਿੱਚ ਦੋ ਰੋਜ ਵਾਹੇ ਨੇ ਇੱਕ ਸਿਵੀਆਂ ਇੱਕ ਬਾਗਾ ਇੱਕ ਨੂੰ 21 ਕਰੋੜ ਰੁਪਿਆ ਦੇ ਕੇ ਪੱਕਾ ਹੋ ਗਿਆ ਲੋਕਾਂ ਨੂੰ ਪਾਣੀ ਦੇਣ ਲੱਗ ਗਿਆ 19000 ਏਕੜ ਨੂੰ ਦੂਜਾ 31 ਕਰੋੜ ਦੇ ਵਿੱਚ ਪਾਸ ਹੋ ਗਿਆ ਸਾਡਾ ਉਹਦੇ ਵੀ ਪੈਸੇ ਆ ਗਏ ਉਹ ਚੱਲ ਪੈਣਾ ਤਾ ਇਹੋ ਜੇ ਹਜ਼ਾਰਾਂ ਕੰਮ ਨੇ ਜਿਹੜੇ ਪੂਰੇ ਪੰਜਾਬ ਦੇ ਲੋਕ ਖੁਸ਼ ਹੋਏ ਨੇ ਹਜ਼ਾਰਾਂ ਲੋਕ ਖੁਸ਼ ਹੋਏ ਨੇ ਕੰਮਾਂ ਤੋਂ ਤੇ ਇਹੋ ਜੇ ਬਹੁਤ ਕੰਮ ਨੇ ਜਿਹੜੇ ਸਾਡੇ ਇਲਾਕੇ ਦੇ ਵਿੱਚ ਹੋਏ ਨੇ ਤੇ ਮੈਂ ਕਹਿੰਦਾ ਜੀ ਗਿਣਾਈ ਨਹੀਂ ਜਾਣੇ ਅੱਜ ਤੱਕ ਕੀ ਲੱਗਦਾ ਅਜੇ ਤਾਂ ਮਾਹੌਲ ਕਿਸ ਤਰੀਕੇ ਨਾਲ ਕੋਈ ਪਰਿਵਰਤਨ ਲੈ ਕੇ ਆਵੇਗਾ ਨਹੀਂ ਜਿਹੜਾ ਮਾਹੌਲ ਆ ਸਾਡਾ ਪਹਿਲਾਂ ਹੀ ਬਹੁਤ ਵਧੀਆ ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ ਤਾਂ ਅਸੀਂ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਵੀ ਭਾਈ ਪਹੁੰਚਣਿਆ ਸਾਰਿਆਂ ਨੇ ਪਹੁੰਚਣਾ ਤਾਂ ਆਪ ਮਹਾਰੇ ਜਿਹੜੇ ਲੋਕ ਨੇ ਉਹ ਆਉਣ ਲਈ ਤਿਆਰ ਨੇ ਤਾਂ ਬਹੁਤ ਜ਼ਿਆਦਾ ਇਕੱਠ ਜਿੱਥੋਂ ਤੱਕ ਸਾਨੂੰ ਉਮੀਦ ਆ ਸਾਡਾ ਇਹ ਪੰਡਾਲ ਵੀ ਛੋਟਾ ਰਹਿਣਾ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਜਿਹੜਾ ਪਿੱਛੇ ਰੋਡ ਆ ਵੱਡਾ ਰੋੜਾ ਬਾਈਪਾਸ ਤੁਸੀਂ ਇੱਕ ਕੈਮਰਾ ਉੱਥੇ ਵੀ ਝਾਤ ਮਾਰਿਓ ਤੁਹਾਨੂੰ ਸਾਡੇ ਜਿਹੜੇ ਸਾਹਬ ਨਾਲ ਅਸੀਂ ਕੰਮ ਕੀਤੇ ਨੇ ਤੇ ਅਸੀਂ ਇਮਾਨਦਾਰੀ ਨਾਲ ਕੰਮ ਕੀਤੇ ਨੇ ਮਤਲਬ ਮੇਰੇ ਬਾਗੇਪੁਰਾਣੇ ਦੀ 172000 ਵੋਟਰ ਨੇ ਟੋਟਲ ਪਾਪੂਲੇਸ਼ਨ ਲਾ ਕੇ 3.5 ਤੋਂ 4 ਲੱਖ ਹੋ ਜਾਂਦੀ ਆ ਤੇ ਮੈਂ ਤੁਸੀਂ ਜਿਹਦੇ ਮੂਹ ਮਰਜ਼ੀ ਕਰ ਲਿਓ ਸਾਡੇ ਤਾਂ ਅਕਲ ਹੀ ਤੇ ਕਾਂਗਰਸੀ ਵੀ ਮੰਨਦੇ ਨੇ ਵੀ ਕਹਿੰਦੇ ਐਮਐਲਏ ਬੰਦਾ ਇਮਾਨਦਾਰ ਆ ਪਰ ਉਹ ਆਹ ਨਹੀਂ ਕਹਿੰਦੇ ਵੀ ਇਮਾਨਦਾਰ ਉਹ ਆਹ ਕਹਿੰਦੇ ਕਹਿੰਦੇ ਹੈ ਤਾਂ ਇਮਾਨਦਾਰ ਪਰ ਇਹਨੂੰ ਪੈਸੇ ਖਾਣੇ ਨਹੀਂ ਆਉਂਦੇ ਕਹਿੰਦੇ ਕਰੇ ਕੀ ਤਾਂ ਇਹ ਸਾਡੇ ਕੋਈ ਟੱਕਰ ਚ ਹੈਗਾ ਕਿਹੜੇ ਕੋਈ ਪਾਰਟੀ ਨਹੀਂ ਜੀ ਅਸੀਂ ਤਾਂ ਸਾਡੀ ਟੱਕਰ ਇਹ ਹੈ ਜਿਹੜੇ ਅਸੀਂ ਕੰਮ ਕੀਤੇ ਨੇ ਅਸੀਂ ਲੋਕਾਂ ਤੱਕ ਲੈ ਜਾਈਏ ਬਸ ਸਾਡਾ ਇਹੀ ਮੁਕਾਬਲਾ ਜੇ ਅਸੀਂ ਲੋਕਾਂ ਤੱਕ ਜਿੱਥੇ ਵੀ ਲੈ ਜਾਂਦੇ ਆ ਤਾਂ ਉਥੇ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ ਜਿੱਥੇ ਕਿਤੇ ਅਸੀਂ ਆਪ ਢਿਲੇ ਹੋ ਜਾਈਏ ਜਾਂ ਆਪ ਅਸੀਂ ਓਵਰ ਕੌਨਫੀਡੈਂਟ ਹੋ ਜਾਂਦੇ ਆਂ ਕਈ ਵਾਰ ਜਾਂ ਜਿੱਥੇ ਅਸੀਂ ਆਪ ਮਿਹਨਤ ਨਹੀਂ ਕਰਦੇ ਆਪ ਦੇ ਕੰਮ ਲੋਕਾਂ ਤੱਕ ਨਹੀਂ ਲੈ ਕੇ ਜਾਂਦੇ ਤਾਂ ਉੱਥੇ ਫਿਰ ਸਾਨੂੰ ਕਈ-ਕਈ ਵਾਰ ਨੁਕਸਾਨ ਹੋ ਜਾਂਦਾ ਤਾਂ ਇਹੀ ਆ ਵੀ ਅਸੀਂ ਤਾਂ ਆਪ ਦੇ ਕੰਮ ਜੇ ਲੋਕਾਂ ਤੱਕ ਲੈ ਗਏ ਕਿਉਂਕਿ ਜੀ ਪੁਰਾਣਾ ਰਿਕਾਰਡ ਆ ਮੈਂ ਵਿਧਾਨ ਸਭਾ ਦੇ ਵਿੱਚ ਹੀ ਬੋਲਿਆ ਨਹਿਰੀ ਪਾਣੀ ਤੋਂ ਲੈ ਕੇ ਨੌਕਰੀਆਂ ਤੋਂ ਲੈ ਕੇ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਕੀਤੇ ਨੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ ਉਹ ਵੀ ਉਦੋਂ ਜਦੋਂ ਸਾਡੇ ਸਿਰ 3 ਲੱਖ ਕਰੋੜ ਦਾ ਕਰਜ਼ਾ ਸੀਗਾ ਜਦੋਂ ਅਸੀਂ 21000 ਕਰੋੜ ਰੁਪਏ ਮੂਲ ਮੁੜਿਆ ਜਦੋਂ ਲਗਭਗ ਅਸੀਂ 11000 ਕਰੋੜ ਰੁਪਏ ਬੈਂਕਾਂ ਦੇ ਲੋਨ ਪੈਂਡਿੰਗ ਸੀ ਇੱਕ ਸਾਡੇ ਉੱਤੇ ਬਿਜਲੀ ਦੀ ਕਿਸ਼ਤ ਆ ਗਈ ਜਿਹੜੀ ਪੁਰਾਣੀ ਸਰਕਾਰ ਛੱਡ ਗਈ ਸੀ ਨਾਲ ਸਾਡੇ ਕੋਆਪਰੇਟਿਵ ਬੈਂਕਾਂ ਦਾ 700 ਕਰੋੜ ਰੁਪਏ ਆ ਗਿਆ ਨਾਲ ਹੀ ਸਾਨੂੰ ਉਧਰ ਹੜ ਆ ਗਏ ਹੜਾਂ ਦੇ ਵਿੱਚ ਸਾਡੇ ਹਜ਼ਾਰਾਂ ਕਰੋੜ ਰੁਪਏ ਲੱਗੇ ਇਹ ਜਿਹੜਾ ਬਰਡਨ ਆਇਆ ਸਾਡੇ ਤੇ ਭਾਰ ਆਇਆ ਪਹਿਲੇ 6 ਮਹੀਨੇ ਵਿੱਚ ਇਹਦੇ باوجود ਵੀ ਜਿੰਨੇ ਅਸੀਂ ਕੰਮ ਕੀਤੇ ਨੇ ਤਾਂ ਉਹ ਕਾਬਲੇ ਤਾਰੀਫ ਨੇ ਤੇ ਆਉਣ ਵਾਲੇ ਤਿੰਨ ਸਾਲ ਨੇ ਜਿਹੜੇ ਆਵਾਦਿਮ ਪਾਰਟੀ ਦੇ ਹੋਣਗੇ ਉਹਦੇ ਵਿੱਚ ਇਹੋ ਜੇ ਕੰਮ ਕਰਾਂਗੇ ਸਾਨੂੰ ਸਾਡੇ ਇਲਾਕੇ ਨੂੰ ਤਾਂ ਬਾਗੇਪਰੰਡ ਦੇ ਵਿੱਚ ਤਾਂ ਮੈਂ ਹੁਣ ਵੀ ਪਿੰਡਾਂ 'ਚ ਕਹਿੰਦਾ ਵੀ ਮੈਂ ਕਿਸੇ ਨੂੰ ਨਿੰਦ ਕੇ ਕਿਸੇ ਨੂੰ ਭੰਡ ਕੇ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਕਹਿੰਦਾ ਵੀ ਯਾਰ ਜਿਹੜੇ ਅਸੀਂ ਕੰਮ ਕੀਤੇ ਨੇ ਸਾਨੂੰ ਉਹਦੇ ਤੇ ਵੋਟਾਂ ਪਾ ਦਿਓ ਤੇ ਲੋਕ ਬਹੁਤ ਖੁਸ਼ ਨੇ ਅੱਜ ਭਗਵੰਤ ਮਾਨ ਆ ਰਹੇ ਨੇ ਇੱਥੇ ਇਸ ਤੋਂ ਬਾਅਦ ਕੀ ਚੇਂਜ ਆਵੇਗਾ ਜਿਹੜੇ ਲੋਕ ਕੁਝ ਪਾਸੇ ਨੇ ਕੀ ਲੱਗਦਾ ਉਹ ਵੀ ਜੁੜ ਜਾਣਗੇ ਤੁਹਾਨੂੰ ਵੋਟਾਂ ਨਹੀਂ ਮੰਗਣੀਆਂ ਪੈਣਗੀਆਂ ਸਾਡੇ ਨਾਲ ਜੁੜੇ ਵੀ ਤਾਂ ਸਾਰੇ ਹੀ ਨੇ ਤੇ ਪਿਛਲੀ ਵਾਰ ਵੀ ਲਗਭਗ ਇਲਾਕੇ ਦੀ 142000 ਵੋਟ ਪੋਲ ਹੋਈ ਸੀ 70000 ਦੇ ਕਰੀਬ ਸਾਨੂੰ ਆਵਾਮੀ ਪਾਰਟੀ ਨੂੰ ਕੱਲਿਆਂ ਨੂੰ ਪਈ ਸੀ ਤਾਂ ਸਾਡੇ ਉਹ ਲੋਕ ਉੱਥੇ ਹੀ ਖੜੇ ਨੇ ਹਾਂ ਹੁਣ ਦੂਜੀਆਂ ਪਾਰਟੀਆਂ ਦੇ ਫੋਨ ਜਰੂਰ ਕਰਦੇ ਨੇ ਕਾਲੀ ਦਲ ਵਾਲੇ ਵੀ ਕਰਦੇ ਨੇ ਕਾਂਗਰਸ ਵਾਲੇ ਵੀ ਕਰਦੇ ਨੇ ਕਹਿੰਦੇ ਯਾਰ ਵੀ ਤੂੰ ਕੰਮ ਤਾਂ ਸਹੀ ਕੀਤੇ ਨੇ ਕਹਿੰਦੇ ਵੱਡੀ ਮੇਰੇ 6 ਤੋਂ 7 ਪਿੰਡ ਬਾਗੀਪੁਰਾਂ ਚਾਹੇ ਜਿਹੇ ਨੇ ਜਿੱਥੇ ਹਰ ਸਾਲ ਕਤਲ ਹੁੰਦਾ ਸੀ ਬਾਗੀਪੁਰਾਂ ਦੇ ਵਿੱਚ ਤੇ ਜਦੋਂ ਹੀ ਕੋਈ ਐਮਐਲਏ ਬਣਦਾ ਸੀ ਸਭ ਤੋਂ ਪਹਿਲਾਂ ਤਾਂ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਸੀ ਉਹ ਸਭ ਤੋਂ ਪਹਿਲਾਂ ਤਾਂ ਪੰਜਾਬ ਛੱਡ ਕੇ ਭੱਜਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਘਟੋ ਘ ਤੇ ਸਾਡੀ ਗਾਰੰਟੀ ਆ 2 ਸਾਲਾਂ ਦੇ ਵਿੱਚ ਅਸੀਂ ਇੱਕ ਵੀ ਪੋਲੀਟੀਕਲ ਪਰਚਾ ਨਹੀਂ ਕਰਾਇਆ ਕਿਸੇ ਤੇ ਤੇ ਸਾਰੇ ਉਹ ਇੱਕ ਵੀ ਮਤਲਬ ਔਖੀ ਹੁੰਦੀ ਆ ਗੱਲ ਕਹਿਣੀ ਤੁਸੀਂ ਕੈਮਰਾ ਲੈ ਕੇ ਜਾਵੜੂ ਕਿਤੇ ਇੱਕ ਵੀ ਪੋਲੀਟੀਕਲ ਹਾਂ ਜੇ ਕਿਸੇ ਪੋਲੀਟੀਕਲ ਵਿਰੋਧੀ ਪਾਰਟੀ ਨੇ ਗਲਤੀ ਕੀਤੀ ਆ ਤੂੰ ਉਹਨੂੰ ਫੋਨ ਕਰਕੇ ਸਮਝਾਇਆ ਤਾਂ ਜ਼ਰੂਰ ਆ ਵੀ ਭਰਾਵਾ ਹੁਣ ਉਹ ਕੰਮ ਨਹੀਂ ਚੱਲਣਾ ਹੁਣ ਤੂੰ ਟਿਕ ਜਾ ਜੇ ਅਸੀਂ ਨਰਮਾਈ ਨਾਲ ਚੱਲਦੇ ਆ ਤਾਂ ਤੂੰ ਪਿਆਰ ਨਾਲ ਚੱਲ ਤਾਂ ਸਾਡੇ ਇਲਾਕੇ ਦਾ ਵੈਸੀ ਮਾਹੌਲ ਬਹੁਤ ਵਧੀਆ ਤੁਹਾਨੂੰ ਕੋਈ ਰੌਲਾ ਰੱਪਾ ਕੋਈ ਲੜਦੇ ਝਗੜਦੇ ਉਹ ਤੁਹਾਨੂੰ ਲੋਕ ਨਹੀਂ ਮਿਲਣਗੇ ਤਾਂ ਇਹ ਸਾਡੀ ਸਾਨੂੰ ਲੱਗਦਾ ਸਾਡੀਆਂ ਕਾਮਯਾਬੀਆਂ ਨੇ ਇਹਦੇ ਤੇ ਲੋਕ ਪੈਰਾ ਦੇਣਗੇ ਹਾਂ ਜੇ ਕੰਮ ਕਰਦੇ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਤਾਂ ਜਿਹੜੀਆਂ ਉਹ ਕਮੀਆਂ ਪੇਸ਼ੀਆਂ ਨੇ ਉਹ ਸਮਝਾ ਕੇ ਜਿਹੜੇ ਕੰਮ ਕੀਤੇ ਨੇ ਉਹ ਗਿਣਾ ਕੇ ਫਿਰ ਅਸੀਂ ਲੋਕਾਂ ਨੂੰ ਜਾਵਾਂਗੇ ਤਾਂ ਰਿਜ਼ਲਟ ਬਹੁਤ ਵਧੀਆ ਆਊਗਾ ਬਹੁਰੀ ਮਜ਼ਾ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਹੈਗੇ ਆ ਉਹਨਾਂ ਨੇ ਇਸ ਇਲਾਕੇ ਵਿੱਚ ਕੰਮ ਕੀਤੇ ਨੇ ਜਿਸ ਨੂੰ ਲੈ ਕੇ ਕਿ ਉਹ ਉਹਨਾਂ ਨੂੰ ਵੋਟ ਜਿਹੜੀ ਹੈਗੀ ਹੈ ਉਹ ਪਵੇਗੀ ਕਾਫੀ ਕੰਮ ਉਹਨਾਂ ਨੇ ਗਿਣਾਈ ਨੇ ਜੋ ਕਿ ਉਹਨਾਂ ਲੋਕ ਕਿਤੇ ਗੱਲ ਨੇ ਵਿਸ਼ੇਸ਼ ਤੌਰ ਤੇ ਲਾਈਨ ਆਰਡਰ ਦੀ ਗੱਲ ਕੀਤੀ ਜਾਵੇ ਤਾਂ ਲਾਈਨ ਆਰਡਰ ਨੂੰ ਲੈ ਕੇ ਕਾਫੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਰਾਜ ਵਿੱਚ ਉਹਨਾਂ ਦੇ ਵਿਧਾਇਕੀ ਵਿੱਚ ਇਹ ਚੀਜ਼ਾਂ ਹੋਈਆਂ ਨਹੀਂ ਜਿਸ ਦੇ ਕਰਕੇ ਲਾਈਨ ਆਰਡਰ ਕਤਲ ਵਗੈਰਾ ਨਹੀਂ ਹੋਇਆ ਤੇ ਕੋਈ ਵੀ ਪੋਲੀਟੀਕਲ ਪਰਚਾ ਇਸ ਇਲਾਕੇ ਵਿੱਚ ਦਰਜ ਨਹੀਂ ਹੋਇਆ ਜਿਸ ਦੇ ਆਧਾਰ ਤੇ ਵੋਟਾਂ ਉਹਨਾਂ ਨੂੰ ਮਿਲਣ ਗਿਆ ਫਿਲਹਾਲ ਵੇਖਦੇ ਹਾਂ ਕਿ ਲੋਕ ਫਤਵਾ ਕਿਸ ਨੂੰ ਦਿੰਦੇ ਨੇ ਬਗਪੁਰਾਣਾ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप